ਮੈਂ ਆਪਣੇ ਡੁੱਗਰ ਪ੍ਰਦੇਸ਼ ਦਾ ਮਤਾ ਮੁਲਾਕਾਤ ਕਰਨਾ। ਅੱਜ ਗੱਲ ਕਿ ਐਸੀ ਹੈ, ਮੀਂਹ ਰੋਣ ਨਹੀਂ ਹੋਇਆ, ਹਾਲਾਂਕਿ ਜਦੋਂ ਦਾ ਠੋਕਰੇ ਦਾ ਵਰਤ ਹੈ, ਮੀਂਹ ਜ਼ਬਰਦਸਤ ਵਾਇਰਲ ਫੀਵਰ ਹੈ। ਲੇਕਿਨ ਅੱਜ ਇੱਕ ਐਸੀ ਚਿੱਠੀ ਮੀਂਹ ਮਿਲੀ, ਮੀਂਹ ਰੋਣ ਨਹੀਂ ਹੋਇਆ, ਮੈਂ ਡੁੱਗਰ ਪ੍ਰਦੇਸ਼ ਕਰਨੇ ਅੱਜ ਗੱਲ ਕਰਨੀ ਹੈ, ਕਿਉਂਕਿ ਮੈਂ ਡੁੱਗਰ ਪ੍ਰਦੇਸ਼ ਕਰਨੇ ਕਿ ਗੱਲ ਕਰੀ ਸਕਣਾ, ਉਹ ਤਾਂ ਮੇਰੀ ਕੋਈ ਗੱਲ ਸੁਣਦਾ ਨਹੀਂ। ਔਰ ਮੀਂਹ ਡੁੱਗਰ ਪ੍ਰਦੇਸ਼ ਦਾ ਪੂਰਾ ਰਾਈਟ ਹੈ ਮੈਂ ਸਵਾਲ ਕਰਨਾ। ਔਰ ਮੈਂ ਬੜੇ ਦਿਨ ਦੇ ਸਵਾਲ ਲੋਕ ਪੁੱਛਾ ਦੇ ਕਿ ਬਾਈ ਤੁਸੀਂ ਵਿੱਚ ਗੈਬ ਹੋ ਜਾਂਦੇ ਹੋ, ਵਿੱਚ ਤੁਸੀਂ 30 ਕਰੋੜ 34 ਕਰੋੜ ਦੀ ਲਿੰਕ ਰੋਡ ਦੀ ਤੁਸੀਂ ਗੱਲ ਕੀਤੀ ਤੇ ਤੁਸੀਂ ਦੱਸਿਆ ਨੀ ਕਿ ਕੀਤਾ, ਤੁਸੀਂ ਕੋਈ ਸੁੱਲੂ ਗੁੱਲੂ ਤਾਂ ਨਹੀਂ ਕਰ ਲਿਆ ਕੋਈ ਜੁਗਲ ਹੁੰਦੇ ਕਰਨੇ ਜਾਂ ਬਾਕੀਆਂ ਸਾਥੀਆਂ ਕਰਨੇ? ਤੁਹਾਡਾ ਰਾਈਟ ਬੰਦਾ ਵੀ ਕੁਸ਼ਚਨ ਕਰਨ ਦਾ। ਅੱਜ ਇਹ ਜਿਹੜੀ ਮੇਰੀ ਜੰਗ ਸੀ, ਇਹ ਜਿਹੜੀ ਆ ਮਨਾ ਚਲਚੇ ਲਿੰਕ ਰੋਡ ਉਥੋਂ ਲਿਆ ਚੇ ਨੋਟ, ਠੀਕ ਹੈ, ਅੱਜ ਮੈਂ ਤੁਸੀਂ ਦੱਸਣਾ ਹੈ ਕਿ ਮੇਰੇ ਕੋਲ ਇਹ ਪੀ ਕੇ ਪੋਲੇ ਸਾਹਿਬ ਨੇ, ਜਿਹੜੇ ਸਾਡੇ IAS ਅਫਸਰ, ਚੀਫ ਇਲੈਕਟੋਰਲ ਅਫਸਰ J&K, ਅੱਜ ਉਹਨੇ ਕੁਛ ਪੋਲ ਖੋਲੇ ਨੇ ਤੇ ਮੈਂ ਚਾਹੁੰਦਾ ਕਿ ਡੁੱਗਰ ਪ੍ਰਦੇਸ਼ ਕੀ ਦੱਸਾਂ ਕਿ ਪੋਲ ਕੀਆਂ ਖੋਲੇ ਨੇ ਅੱਜ ਪੀ ਕੇ ਪੋਲੇ ਸਾਹਿਬ ਨੇ। ਇਹ ਆਉਂ ਜ਼ਬਾਨੀ ਗੱਲ ਤੇ ਕਰਦਾ ਨੀ, ਜ਼ਬਾਨੀ ਗੱਲ ਕਰਾਂ ਬਾਈ ਦਾ ਠੋਕੀ ਉਡਣਾ ਅੰਦਰ, ਠੀਕ ਹੈ, ਕਾਕਲ ਨੀ ਹੁਣ ਮਾੜੇ ਮਾਰੀ ਉੱਠਦੇ ਬਾਈ ਫਤਿਹ। ਇਹ ਜਰਾਬ ਚਿੱਠੀ ਮੈਂ ਚਾਹੁੰਦਾ ਕਿ ਪਹਿਲੇ ਤੂੰ ਦੇਖੋ ਕਿੱਥੋਂ ਆਈ ਹੈਗੀ। ਤੇ ਕੰਨੇ ਇਹ ਦੇਖੀ ਲਓ ਕਿ ਕਿੱਥੋਂ ਆਵੀ ਇਹ ਆਰਡਰ ਆਇਆ। ਇਹ ਆਰਡਰ ਦਾ ਪਹਿਲਾ ਪੇਜ, ਇਹ ਆਉਂ ਦੱਸਣਾ ਚਾਹੁੰਦਾ ਦਾ ਲਾਸਟ ਪੇਜ, ਪੰਡੂ ਰੰਗ ਪੋਲੇ ਹੋਣੇ ਜਿਹੜੇ ਪੋਲ ਖੋਲੇ ਨੇ, ਤੁਸੀਂ ਸਾਰੇ ਹੀ ਪਤਾ ਕਿ 30 ਮਾਰਚ 2024 ਕੀ ਪੰਡਿਤ ਜੁਗਲ ਕਿਸ਼ੋਰ ਸ਼ਰਮਾ ਹੋਣੇ ਜੰਮੂ ਪਾਰਲੀਮੈਂਟਰੀ ਕਾਂਸਟੀਚੁਐਂਸੀ ਦਾ ਫਾਰਮ ਭਰਿਆ, ਸਚਿਨ ਕੁਮਾਰ ਵੈਸ਼ੀਆ ਸਾਹਿਬ ਦੀ ਰਿਟਰਨਿੰਗ ਅਫਸਰ ਹੈ ਸਾਡੇ DC ਜੰਮੂ, ਉਹਦੇ ਚ ਉਹਨੇ ਇਹ ਗੱਲ ਆਖੀ ਜਿਹੜਾ ਉਹਦਾ ਆਊਟਸਟੈਂਡਿੰਗ ਡਿਊਜ਼ ਵਾਲਾ ਜਿਹੜਾ ਕਾਲਮ ਹੈ ਉਹਦੇ ਚ ਉਹਨੇ ਲਿਖਿਆ ਕਿ ਮੇਰੀ ਕੋਈ 20 ਲੱਖ ਰੁਪਏ ਲਾਇਬਿਲਿਟੀ ਹੈ ਆਊਟਸਟੈਂਡਿੰਗ ਜਿਹੜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀ, ਇਹ 30 ਮਾਰਚ 2024 ਲਾਸਟ ਡੇਟ ਹੀ ਨਾਮੀਨੇਸ਼ਨ ਫਾਈਲ ਕਰਨੇ ਲਈ। ਉਹਦੇ ਕਹਿੰਦਾ ਪਹਿਲੇ ਜੁਗਲ ਹੋਰੇ ਜਿਲ੍ਹੇ 2019 ਚ ਫਾਰਮ ਭਰਿਆ, ਉਹਦੇ ਚ ਉਹਨੇ ਦੱਸਿਆ ਕਿ ਮੇਰੀ ਲਾਇਬਿਲਿਟੀ ਜਿਹੜੀ ਹੈ ਕੋਈ 34 ਕਰੋੜ ਹੈ। ਬੜਾ ਮਿਸਮੈਚ ਆ, ਕਿੱਥੇ 34 ਕਰੋੜ ਤੇ ਕਿੱਥੇ 20 ਲੱਖ ਉੱਪਰ ਗੱਲ ਪੁੱਜੀ। 6 ਅਪ੍ਰੈਲ ਕੀ ਸਕਰੂਟਨੀ ਹੀ ਰਿਟਰਨਿੰਗ ਅਫਸਰ ਸਾਹਿਬ ਕੋਲ DC ਜੰਮੂ ਜਾ, ਮੈਂ 4 ਅਪ੍ਰੈਲ ਕੀ ਜਾਈਏ ਆਪਣੇ ਓਬਜੈਕਸ਼ਨ ਫਾਈਲ ਕਰੂਗੇ। ਓਬਜੈਕਸ਼ਨਾਂ ਚ ਜਨਾਬ ਮੈਂ ਇਹ ਗੱਲ ਲਿਖੀ ਕਿ DC ਸਾਹਿਬ ਤੁਸੀਂ ਰਿਟਰਨਿੰਗ ਅਫਸਰ ਹੋ, ਇਹ ਬੜਾ ਮਿਸਮੈਚ ਹੈ, ਬੜੀ ਵੇਰੀਏਸ਼ਨ ਹੈ, ਅਸੀਂ ਕਲੀਅਰ ਤੇ ਕਰਾਓ, ਮੈਂ ਵੋਟਰ ਹਾਂ ਇਸ ਕਾਂਸਟੀਚੁਐਂਸੀ ਦਾ, ਮੇਰਾ ਰਾਈਟ ਹੈ ਔਰ ਵੋਟਰਾਂ ਦਾ ਰਾਈਟ ਹੈ, ਸੁਪਰੀਮ ਕੋਰਟ ਨੇ ਦਿੱਤੇ ਦਾ ਸੀ, ਭਾਰਤੀ ਸੰਵਿਧਾਨ ਨੇ ਅਸੀਂ ਰਾਈਟ ਦਿੱਤੇ ਦਾ ਕਿ ਵੋਟਰ ਕੀ ਪੂਰੀ ਜਾਣਕਾਰੀ ਹੋਣੀ ਚਾਹੀਦੀ। ਜਨਾਬ ਮੇਰੀ ਗੱਲ ਕੋਈ ਰਿਟਰਨਿੰਗ ਅਫਸਰ ਸਾਹਿਬ ਕੀ ਪਸੰਦ ਨਹੀਂ ਆਈ, ਪਤਾ ਨਹੀਂ ਕੀ ਨਹੀਂ ਪਸੰਦ ਆਈ, ਹੁਣ ਇਹ ਲੱਗਿਆ ਪਤਾ ਨਹੀਂ ਕੌਣ ਹੈ, ਮਾਮੂਲੀ ਜਾਂ ਰਾਮਨਗਰ ਆਈ ਹੈ ਇੱਥੇ ਤੰਗ ਕਰਨੇ, ਬਲੈਕਮੇਲ ਕਰਨੇ ਅਸੀਂ।
ਠੀਕ ਹੈ ਜਨਾਬ, ਕੋਈ ਡਿਸਪੋਜ਼ਲ ਨਹੀਂ ਕੀਤਾ ਉਹਨੇ ਮੇਰੀ ਦਰਖਾਸਤ ਦਾ ਕਾਨੂੰਨ ਦੇ ਮੁਤਾਬਕ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜੇਕੀਆਂ ਇੰਸਟਰਕਸ਼ਨਸ ਹਨ ਉਹਦੇ ਮੁਤਾਬਕ ਇੱਕ ਛੋਟੀ ਜਿਹੀ ਇਨਕੁਆਇਰੀ ਬਣਦੀ ਸੀ ਉਸ ਵੇਲੇ। ਪੁੱਛਣਾ ਬਣਦਾ ਹਾਂ ਡੀਸੀ ਸਾਹਿਬ ਦਾ ਜੁਗਲ ਉਰੇਨ, ਜੁਗਲ ਜੀ ਕਿਸੇ ਸ਼ਖਸ ਨੇ ਤੁਹਾਡੇ ਉੱਪਰ ਇਹ ਓਬਜੈਕਸ਼ਨ ਲਾਇਆ, ਲੇਕਿਨ ਬੜੇ ਅਫਸੋਸ ਕਰਨੇ ਵੀ ਆਖਣਾ ਪਾਉਂਦਾ। ਡੀਸੀ ਸਾਹਿਬ ਨੇ ਜਿਲ੍ਹੇ ਸਕਰੂਟਨੀ ਹੋਈ 6 ਤਰੀਕ ਕੀ, ਨਾ ਡੀਸੀ ਸਾਹਿਬ ਨੇ ਨਾ ਜੇਕੇ ਬਾਕੀ ਕੰਟੈਸਟਿੰਗ ਕੈਂਡੀਡੇਟ ਨੇ ਇਨਕਲੂਡਿੰਗ ਰਮਨ ਭੱਲਾ ਜੀ ਨੇ ਔਰ ਕਿਸੇ ਹੋਰ ਕੈਂਡੀਡੇਟ ਨੇ ਕਿਸੇ ਨੇ ਇਸ਼ੂ ਰੇਜ਼ ਨਹੀਂ ਕੀਤਾ 34 ਕਰੋੜ ਲਿੰਕ ਰੋਡ ਬ੍ਰਾਂਚ ਦਾ। ਉਹਦੇ ਬਾਅਦ ਹੁੰਦਾ ਕਿ 6 ਤਰੀਕ ਕੀ ਮੈਂ ਡੀਸੀ ਸਾਹਿਬ ਇੱਕ ਕਮਿਊਨੀਕੇਸ਼ਨ ਭੇਜ ਦੇਣ, ਆਖਦੇ ਜੀ ਤੁਸੀਂ ਕੋਰਟ ਚ ਜਾਓ, ਤੁਸੀਂ ਕੋਰਟ ਚ ਫਾਲਸ ਐਫੀਡੇਵਿਟ ਦੀ ਕੰਪਲੇਂਟ ਫਾਈਲ ਕਰੋ। ਜਨਾਬ ਉਹਦੇ ਬਾਅਦ ਮੈਂ 12 ਅਪ੍ਰੈਲ 2024 ਮੈਂ ਜਾਈਏ ਬਾਹੂ ਪਲਾਜ਼ਾ ਗੇਟ ਦੇ ਬਾਹਰ ਪੁੱਜੀਆ, ਪੰਡੂ ਰੰਗ ਪੋਲੇ ਹੁੰਦੇ ਬਾਹਰ ਉਹਦੇ ਦਫ਼ਤਰ ਦੇ ਬਾਹਰ ਜਿਸ ਨਿਰਵਾਚਨ ਸਦਨ ਆਖਦੇ, ਮੈਂ ਅੱਗੇ ਦੱਸਣ ਕਿਆ ਪੋਲੇ ਉਹਨੇ ਪੋਲ ਖੋਲਿਆ ਪੋਲੇ ਸਾਹਿਬ ਨੇ। ਜਨਾਬ ਹੁੰਦਾ ਕਿ ਮੈਂ ਸ਼ਿਕਾਇਤ ਕੀਤੀ ਰਿਟਰਨਿੰਗ ਅਫਸਰ ਦੀ, ਮੈਂ ਕਿਹਾ ਜਨਾਬ ਜੋ ਸੰਵਿਧਾਨ ਨੇ ਜੋ ਡਿਊਟੀ ਦਿੱਤੀ ਸੀ ਰਿਟਰਨਿੰਗ ਅਫਸਰ ਕੀ ਡਿਊਟੀ ਨਹੀਂ ਨਿਭਾਈ ਇਹਨੇ, ਬੜੇ ਅਫਸੋਸ ਦੀ ਗੱਲ ਹੈ, ਐਕਸ਼ਨ ਹੋਣਾ ਚਾਹੀਦਾ ਇਸ ਮੈਟਰ ਚ। ਔਰ ਮੈਂ ਰਿਕੁਐਸਟ ਕੀਤੀ ਆਪਣੇ ਚੀਫ ਇਲੈਕਟੋਰਲ ਅਫਸਰ ਕੀ, ਮੈਂ ਕਿਹਾ ਜਨਾਬ ਹਿੰਦੁਸਤਾਨ ਦੀ ਜਿਹੜੀ ਕੋਈ ਏਜੰਸੀ ਹੈ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਜਾਂ ਹੋਰ ਕੋਈ ਜਿਹੜੀ ਏਜੰਸੀ ਹਨ ਉਹਦੇ ਕੋਲ ਵੈਰੀਫਾਈ ਕਰਾਓ ਇਹ ਕਿਆ ਮਿਸਮੈਚ ਹੈ, ਅਗਰ ਇਹ ਲਾਇਬਿਲਟੀ ਕਲੀਅਰ ਹੋਈ ਹੈ ਇੰਨਾ ਕੈਸ਼ ਕਿੱਥੋਂ ਆਇਆ ਹੈ, ਇੰਨਾ ਮਾਲ ਕਿੱਥੋਂ ਆਇਆ ਹੈ, ਠੀਕ ਹੈ। ਪੋਲੇ ਸਾਹਿਬ ਨੇ ਕੀ ਕੀਤਾ, 15 ਅਪ੍ਰੈਲ ਕੀ ਮੇਰੀ ਦਰਖਾਸਤ ਜਿਹੜੀ ਹੈ ਨਾ ਉਹਨੇ ਆਪਣਾ ਕੋਈ ਫੈਸਲਾ ਨਹੀਂ ਲਿਆ, ਉਹਨੇ ਮੇਰੀ ਦਰਖਾਸਤ ਭੇਜੀ ਉੜੀ ਦਿੱਲੀ ਨਿਰਵਾਚਨ ਸਦਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ। ਜਿਹੜੇ ਦਿੱਲੀ ਭੇਜੀ ਤੇ ਮੈਂ ਦਿੱਲੀ ਚ ਵੀ ਸੂਚਨਾ ਦੇ ਅਧਿਕਾਰ ਦੇ ਤਹਿਤ ਜੇਕਰ ਰੁਜੂ ਕੀਤਾ ਮਈ ਮਹੀਨੇ ਚ। ਤੁਸੀਂ ਮੈਂ ਦੱਸਾਂ ਇਹ ਡੇਟ ਹੈ 3 ਮਈ 2024 ਕੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸੁਣੋ ਡੇਟਾਂ ਬੜੀਆਂ ਇੰਪਾਰਟੈਂਟ, 3 ਮਈ 2024 ਕੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੋਲੇ ਸਾਹਿਬ ਕੀ ਆਖਿਆ, ਪੋਲੇ ਸਾਹਿਬ ਤੁਸੀਂ ਕੋਈ ਰਿਮਾਇੰਡ ਕਰਾਉਣੇ ਦੀ ਲੋੜ ਨਹੀਂ ਹੈ, 24 ਅਗਸਤ 2021 ਦੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਡਿਟੇਲਡ ਗਾਈਡਲਾਈਨਸ ਨਾ ਕਿ ਇਸ ਕਿਸਮ ਦੀ ਸ਼ਿਕਾਇਤ ਦਾ ਨਿਪਟਾਰਾ ਕਿਆ ਕਰਨਾ ਤੁਸੀਂ, ਔਰ ਤੁਸੀਂ ਪੂਰਾ ਇਖਤਿਆਰ ਹੈ ਕਿ ਤੁਸੀਂ ਵੈਰੀਫਿਕੇਸ਼ਨ ਕਰਾਈ ਸਕਦੇ ਹੋ, ਕਿਸੇ ਏਜੰਸੀ ਕੋਲ ਇਨਕੁਆਇਰੀ ਕਰਾਈ ਸਕਦੇ ਹੋ। ਔਰ ਉਹਦੇ ਚ ਵੀ ਲਿਖਦਾ ਕਿ ਕੰਪਲੇਨੈਂਟ ਕੀ ਪੁੱਛੋ ਉਹਦੇ ਕੋਲ ਐਫੀਡੇਵਿਟ ਲਾਓ ਕਿ ਕਿਆ ਤੇਰੇ ਐਲੀਗੇਸ਼ਨ ਦਰੁਸਤ ਨੇ ਜਾਂ ਨਹੀਂ ਦਰੁਸਤ ਨੇ। ਜਨਾਬ ਉਹਦੇ ਬਾਅਦ ਹੁੰਦਾ ਕਿ ਹੈ ਬੜੀ ਮਜ਼ੇਦਾਰ ਗੱਲ ਕਿ 27 ਮੈਂ ਇੱਕ ਜਿਹੜੀ ਦਿੱਲੀ ਆਰਟੀਆਈ ਦਿੱਤੀ ਸੀ 6 ਮਈ 2024 ਕੀ ਪੋਲੇ ਸਾਹਿਬ ਚਿੱਠੀ ਲਿਖਦੇ ਨੇ ਰਿਟਰਨਿੰਗ ਅਫਸਰ ਸਾਹਿਬ ਕੀ,
ਇਹ ਸੁਣਿਓ ਮਹਾਰਾਜ, ਇਹ ਆਪਸ ਵਿਚ ਖਤੋ ਖਤਾਬਤ ਸਟਾਰਟ ਹੋਈ ਗਈ ਭੋਲੇ ਸਾਹਿਬ ਦੀ ਤੇ ਸਚਿਨ ਕੁਮਾਰ ਵੈਸ਼ੀਆ ਜੀ ਦੀ, ਜਿਹੜਾ 6 ਮਈ ਕੀ ਚਿੱਠੀ ਲਿਖਦੇ, ਬਿਲਕੁਲ ਡਿਸਕਲੋਜ਼ ਨਹੀਂ ਕਰਦੇ, ਲੇਕਿਨ ਇਸ਼ੂ ਇਹੋ ਚੱਲਦਾ ਕਿ ਬਾਈ ਇਹ ਕੇ ਪੰਗਾ ਪਈ ਹੈ ਲਿੰਕ ਰੋਡ ਸ਼ਾਖਾ ਵਾਲਾ। ਉਹਦੇ ਬਾਅਦ ਕਿਉਂ ਹੁੰਦਾ, 31 ਮਈ ਕੀ ਨਾ ਮੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮੀ ਜਵਾਬ ਆਉਂਦਾ, ਜਿਹਦੇ ਚ ਮੈਂ ਇਹ ਪਤਾ ਚੱਲਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪਹਿਲੇ ਕੇ ਮਈ ਮਹੀਨੇ ਚ ਇਹਦੇ ਕਿਹੜਾ ਪਹਿਲੇ ਕੇ ਚਿੱਠੀ ਜੇਕਾ ਹੈ ਭੋਲੇ ਸਾਹਿਬ ਕੀ ਪਾਈ ਚੁੱਕਿਆ। ਮੈਂ ਇੰਤਜ਼ਾਰ ਕਰਦਾ ਰਿਹਾ, ਮੈਂ ਕਿਹਾ ਜਦ ਦਿੱਲੀ ਨੇ ਲਿਖੀ ਉੜਿਆ ਭੋਲੇ ਸਾਹਿਬ ਕੀ, ਤੇ ਭੋਲੇ ਸਾਹਿਬ ਤੁਸੀਂ ਆਲਰੇਡੀ ਰੋਸ਼ਨੀ ਪਾਈ ਦਿੱਤੀ ਅਸੀਂ ਕਿ 24 ਅਗਸਤ 2021 ਦੀਆਂ ਗਾਈਡਲਾਈਨ ਦੇ ਮੁਤਾਬਕ ਫੈਸਲਾ ਲਾਓ ਕੰਪਲੇਂਟ ਉਪਰ। ਜਨਾਬ ਉਹਦੇ ਬਾਅਦ ਕੀ ਹੁੰਦਾ, ਕੰਪਲੀਟ ਸਾਇਲੈਂਸ ਹੈ। 31 ਮਈ ਮਈ ਮਹੀਨਾ ਵੀ ਚਲੀ ਆ, ਜੂਨ ਵੀ ਚਲੀ ਆ, ਤੇ ਜੁਲਾਈ ਮਹੀਨਾ ਵੀ ਚਲੀ ਆ, 3 ਮਹੀਨੇ ਮੁਕੰਮਲ ਖਾਮੋਸ਼ੀ, ਨਾ ਵੀ ਕੋਈ ਚਿੱਠੀ ਆਉਂਦੀ ਹੈ ਪੁਲਿਸ ਸਾਹਿਬ ਦੇ ਦਫ਼ਤਰਾਂ। 3 ਜੁਲਾਈ ਕੀ ਮੈਂ ਆਪੂ ਇੱਕ ਖੱਤ ਪਾਇਆ, ਤੁਸੀਂ ਪਤਾ ਇੱਕ ਉਹ ਗਾਣਾ ਇੱਕ ਫਿਲਮ ਦਾ, ਖੱਤ ਲਿਖਦੇ ਸਵਰੀਆ ਕੇ ਨਾਮ ਬਾਬੂ, ਵੋ ਜਾਨ ਜਾਏਂਗੇ ਪਹਿਚਾਨ ਜਾਏਂਗੇ। ਠੀਕ ਹੈ, ਮੈਂ ਕਿਆ ਕਰਦਾ ਮਜਬੂਰ ਹਾਂ, ਮੈਂ ਲੋਕ ਪੁੱਛਦੇ ਮਹਾਰਾਜ, ਅਜੇ ਵੀ ਤੁਸੀਂ ਸੋਸ਼ਲ ਮੀਡੀਆ ਦੇਖੋ ਵੀ ਰੋਜ਼ ਪੁੱਛਦੇ ਮਹਾਰਾਜ ਕੀ ਕੀਤਾ ਲਿੰਕ ਰੋਡ ਦਾ, ਸੁੱਲੂ ਗੁੱਲੂ ਤੇ ਨਹੀਂ ਕਰ ਲਿਆ ਕੁਦੇ ਜੁਗਲ ਹੁੰਦੇ ਕੰਨੇ, ਮਾੜਾ ਸੋਣ ਨਹੀਂ ਦਿੰਦੇ ਰਾਤੀ ਵਿਦਿਆ ਪੜ੍ਹਾਈ ਸਾ। ਮੈਂ ਜਨਾਬ 30 ਜੁਲਾਈ ਦੀ ਚਿੱਠੀ ਪਾਈ ਭੋਲੇ ਸਾਹਿਬ ਕੀ, ਮੈਂ ਭੋਲੇ ਸਾਹਿਬ ਮੇਰਾ ਕਸੂਰ ਦੱਸੋ ਕੀ ਹੈ, ਮੇਰੀ ਕੀ ਗਲਤੀ, ਮੈਂ ਬਿੰਦ ਸਾਰਾ ਸਵਾਲ ਪੁੱਛਿਆ ਹਾਂ ਕਿ ਬਾਈ ਮੈਂ ਦੱਸੀ ਉੜੋ ਅਗਰ ਲੋਨ ਕਲੀਅਰ ਕਰੀ ਉੜੇ ਦਾ ਤੇ ਘਰ ਹੀ ਮੰਗਾਓ, ਮੈਂ ਕਿਹਾ ਲੈਣਾ, ਮੈਂ ਪ੍ਰੋਜੈਕਟ ਉਹਨੇ ਲਿਆ, ਬਿਜਲੀ ਉਹਨੇ ਬਣਾਉਣੀ ਹਿਮਾਚਲ ਚ ਚੰਬਾ, ਪੈਸੇ ਉਹਨੇ ਕਮਾਣੇ, ਮੀ ਖਾਂ ਖਾ। ਠੀਕ ਹੈ, ਅਲਟੀਮੇਟਲੀ ਜਨਾਬ ਜਿੱਕੀ ਮੈਂ 30 ਜੁਲਾਈ ਭੋਲੇ ਸਾਹਿਬ ਨੂੰ ਚਿੱਠੀ ਲਿਖੀ, ਮੈਂ ਕੰਨੇ ਆਪਣਾ ਇੱਕ ਬਿਆਨ ਫੀਲ ਆਇਆ ਐਫੀਡੇਵਿਟ, ਉਸ ਮੈਂ ਕਰਾਇਆ ਜੱਜੇ ਕਲਾ ਟੈਸਟ, ਮੈਂ ਆਖਿਆ ਬਾਈ ਮੈਂ ਕਨਫਰਮ ਕਰਨਾ ਆਪਣੇ ਐਲੀਗੇਸ਼ਨ ਜੇਕੇ ਮੈਂ ਕੰਪਲੇਂਟ ਚ ਲਾਏ ਦੇ, ਤੇ ਬਾਈ ਮੇਰੀ ਕੰਪਲੇਂਟ ਦੀ ਵੈਰੀਫਿਕੇਸ਼ਨ ਕਰਾਓ, ਉਹ ਮੈਂ ਦੱਸੋ ਕਿ ਸਹੀ ਮੈਂ ਸੱਚਾ ਜਾਂ ਝੂਠਾ। ਮੈਂ ਡੁੱਗਰ ਪ੍ਰਦੇਸ਼ ਕੀ ਜਵਾਬ ਦੇਣਾ, ਮੈਂ ਰੋਜ਼ ਜੇਕੇ ਐਕਟੀਵਿਸਟ ਹਨ ਜੇਕੇ ਮੀ ਟ੍ਰੋਲ ਵੀ ਕਰਦੇ, ਜਿਹੜੇ ਮੇਰੇ ਵੈਲ ਵਿਸ਼ਰ ਨੇ ਉਹ ਵੀ ਮੈਂ ਪੁੱਛਦੇ, ਬਾਈ ਕੁਦੇ ਸੁੱਲੂ ਗੁੱਲੂ ਕੁਈਆਂ ਹੋਈ ਆ, ਬਾਈ ਦੱਸੋ ਤੇ ਸਹੀ, ਲੋਕਾਂ ਜਾਣਨੇ ਦਾ ਹੱਕ ਹੈ, ਉਹ ਲੋਕ ਬਿਲਕੁਲ ਸਹੀ ਨੇ ਆਪਣੀ ਜਗ੍ਹਾ। ਜਨਾਬ ਆਉਂ ਵੇਟ ਕਰਾਂ ਦਾ, ਐਫੀਡੇਵਿਟ ਵੀ ਭੇਜਿਆ ਮੈਂ ਤੁਸੀਂ ਦੱਸਿਆ 30 ਜੁਲਾਈ। ਉਹਦੇ ਬਾਅਦ ਕੀ ਹੁੰਦਾ ਜਨਾਬ, ਮੈਂ ਪਤਾ ਚੱਲਿਆ ਕਿ ਇਹ ਜਿਹੜੀ ਮੇਰੀ ਚਿੱਠੀ ਸੀ ਨਾ 30 ਜੁਲਾਈ ਵਾਲੀ, ਇਹਦੇ ਬਾਅਦ ਕੁਛ ਮਸ਼ੀਨਰੀ ਜੇਕੀ ਹੈ ਬਿੰਦ ਹਿੱਲੀ, ਜਿਹੜੇ ਮਸ਼ੀਨਰੀ ਬਿੰਦ ਹਰੀ ਹਿੱਲੀ, ਅਸੀਂ ਪਤਾ ਚੱਲਿਆ ਕਿ ਹੁਣ ਕੁਛ ਪ੍ਰੋਗਰਾਮ ਬਣਿਆ ਕਿ ਬਾਈ ਹੁਣ ਇਸ ਮਸਲੇ ਕੀਆਂ ਗੋਲ ਕਰਨਾ ਹੈ। ਅਲਟੀਮੇਟਲੀ ਜਨਾਬ ਕਿ ਸਾਡੇ ਰਿਟਰਨਿੰਗ ਅਫਸਰ ਸਾਹਿਬ ਜੇਕੇ ਨਾ ਰਿਕਾਰਡ ਦੇ ਮੁਤਾਬਕ ਉਹਨੇ ਕੋਈ ਡਿਸਟ੍ਰਿਕਟ ਲੀਡ ਮੈਨੇਜਰ SBI ਕੀ ਚਿੱਠੀ ਲਿਖੀ, ਉਹਨੇ ਆਖਿਆ ਮਹਾਰਾਜ ਦੱਸੋ ਇਹ ਕੀ ਮਸਲਾ ਹੈ, ਇਹ ਜਿਹੜਾ 34 ਕਰੋੜ ਦਾ ਮਸਲਾ ਹੈ ਕੀ ਹੈ, ਹੈ ਵੀ ਹੈ ਜਾਂ ਵਕੀਲ ਹੈ ਝੂਠ ਬੋਲਣ ਦਾ ਪਾਗਲ ਹੋਈ ਦਾ ਹੈ ਕੁਦਰ। ਅਲਟੀਮੇਟਲੀ ਜਨਾਬ ਉਹਨੇ ਮੈਟਰ ਟੇਕ ਅਪ ਕੀਤਾ ਜੇਕੇ ਡਿਸਟ੍ਰਿਕਟ ਲੀਡ ਮੈਨੇਜਰ SBI, ਅਸੀਂ ਕੀ ਪਤਾ
ਉਹਨੇ ਟੇਕ ਅਪ ਕੀਤਾ ਲਿੰਕ ਰੋਡ ਕਨੇ ਜਾਂ ਜੇਕੇ ਬੈਂਕ ਨੇ। ਜੇਕੇ ਬੈਂਕ ਨੇ ਉਹਦੇ ਬਾਅਦ ਜੋ ਹੁਣ ਅੱਜ ਜੇਕਾ ਮਿੱਕੀ ਆਰਡਰ ਮਿਲਿਆ ਭੋਲੇ ਸਾਹਿਬ ਦਾ, ਇਹ ਉਹਦੇ ਚ ਲਿਖੀ ਦੀਆਂ ਸਾਰੀਆਂ ਗੱਲਾਂ। ਜੇਕਾ ਉਹ ਆਖਾਂ ਨਾ, ਇਹ ਭੋਲੇ ਸਾਹਿਬ ਨੇ 27/8 ਕੀ ਜਾਰੀ ਕੀਤਾ ਜੇਕਾ, ਤੇ ਬਾਏ ਪੋਸਟ ਵੀ ਮਿਲਿਆ ਹੁਣੇ ਥੋੜੀ ਦੇਰ ਪਹਿਲਾਂ। ਇਹਦੇ ਮੁਤਾਬਕ ਉਹ ਆਖਾਂ ਦੇ ਜਨਾਬ ਕਿ ਜੇਕੇ ਬੈਂਕ ਨੇ ਲੀਡ ਡਿਸਟ੍ਰਿਕਟ ਲੀਡ ਮੈਨੇਜਰ SBI ਕੀ ਲਿਖੀ ਦਿੱਤਾ ਕਿ ਜਨਾਬ ਹੀਮਗਿਰੀ ਇਨਫਰਾਸਟ੍ਰਕਚਰ ਲਿੰਕ ਰੋਡ ਬ੍ਰਾਂਚ ਦਾ ਜੇਕਾ ਅਕਾਊਂਟ ਹੈ ਉਹ ਕਲੋਜ਼ ਹੋਈ ਆ ਮਹਾਰਾਜ 3 March 2024 ਕੀ। ਔਰ ਇਹਦਾ ਮਤਲਬ ਇਹ ਹੈ ਕਿ ਜੇਕੇ ਲੋਨੀ ਹੈ ਜਿਹਨੇ ਲੋਨ ਲੈਦਾ ਹਾਂ ਉਹਨੇ ਲੋਨ ਕਲੀਅਰ ਕਰੀ ਉੜਿਆ ਜਨਾਬ 3 March 2024 ਕੀ, ਤੇ ਜਨਾਬ 3 March 2024 ਕੀ ਲੋਨ ਕਲੀਅਰ ਹੋਈ ਆ। ਔਰ ਉਸੇ ਦਿਨ ਜੁਗਲ ਉਹਨੇ ਫਾਰਮ ਵੀ ਭਰੀ ਲਿਆ ਔਰ ਲਿਖਿਆ ਕਿ ਆਊਟਸਟੈਂਡਿੰਗ ਸਾਰੀ ਨਿਲ ਹੋਈ ਗਈ। ਤੇ ਮੈਂ ਕਿਆ ਆਖਾਂ ਰਹਾ ਹਾਂ, ਇਹ ਡੁੱਗਰ ਪ੍ਰਦੇਸ਼ ਕੀ ਮਤੀ ਮਤੀ ਮੁਬਾਰਕ ਹੈ ਕਿ ਬਾਈ ਤੁਹਾਡੀ ਐਫਰਟਸ ਕਰਨੇ ਲੋਕਾਂ ਦਾ ਪੈਸਾ ਵਾਪਸ ਆਇਆ, ਆਵਾਮ ਦਾ ਪੈਸਾ ਵਾਪਸ ਆਇਆ। ਲੇਕਿਨ ਹੁਣ ਸਾਰੇ ਗੱਲ ਵੱਡਾ ਜਿਹੜਾ ਪ੍ਰਸ਼ਨ ਚਿੰਨ੍ਹ ਹੈ, ਪੈਸੇ ਕਿੰਨੇ ਆਏ ਵਾਪਸ ਇਹ ਕੋਈ ਨਹੀਂ ਦੱਸਾ। ਇਹਦੇ ਚ ਇੰਨੀ ਗੱਲ ਲਿਖੀ ਨੇ ਕਿ ਅਕਾਊਂਟ ਕਲੋਜ਼ ਹੋਇਆ 3 March 2024 ਕੀ, ਤੇ ਪੋਲੇ ਸਾਹਿਬ ਆਖਾ ਦੇ ਕਿ ਮੈਂ ਇੰਨੀ ਗੇ ਖਬਰ ਦੱਸਣੀ ਜਿੰਨੀ ਵੀ ਸੂਚਨਾ ਆਈ। ਲੇਕਿਨ ਇਸ ਆਰਡਰ ਚ ਇਹ ਨਹੀਂ ਲਿਖੇਦਾ ਕਿ ਜੰਮੂ ਕਸ਼ਮੀਰ ਬੈਂਕ ਨੇ ਕਿੰਨੇ ਪੈਸੇ ਉੱਪਰ ਸੈਟਲਮੈਂਟ ਕੀਤੀ ਹੈ। ਮੇਰਾ ਪਹਿਲੇ ਦਿਨ ਦਾ ਇੱਕ ਸਵਾਲ ਹੈ, ਮੈਂ ਮਾਫ ਕਰਿਓ ਅੱਜ ਮੇਰਾ ਥੋੜੀ ਸਿਹਤ ਠੀਕ ਨਹੀਂ ਹੈ, ਮੇਰੀ ਆਵਾਜ਼ ਜਾਂ ਮੈਂ ਥੋੜਾ ਜਿਹਾ ਜ਼ੋਰ ਲਾਣਾ ਪਵਾਲਾ, ਲੇਕਿਨ ਗੱਲ ਕਿ ਐਸੀ ਸੀ ਸਾਰਿਆਂ ਗੱਲਾਂ ਵੱਡਾ ਇਹ ਸਵਾਲ ਹੈ ਕਿ ਬਈ ਜਦ ਲੋਨ ਜੇਕਾ 33-34 crore ਹੈ, ਠੀਕ ਹੈ, ਕਿਆ ਇਹ ਲੋਨ ਵੇਵ ਆਫ ਹੋਈ ਆ, ਕਿਆ ਇਹ ਲੋਨ ਮਾਫ ਕਰ ਉੜਿਆ, ਕਿਆ ਇਹ ਕੋਈ ਵਨ ਟਾਈਮ ਸੈਟਲਮੈਂਟ ਹੋਈ ਹੈ, ਕਿਆ ਜੰਮੂ ਕਸ਼ਮੀਰ ਬੈਂਕ ਜੇਕਾ ਜਿਸ ਅਸੀਂ ਆਖਣੇ ਕਿ ਹੁਣ ਇਹ ਸਟੇਟ ਹੈ ਕਿਉਂਕਿ ਜੰਮੂ ਕਸ਼ਮੀਰ ਸਰਕਾਰ ਦੇ 60% ਸ਼ੇਅਰ ਨੇ ਇਹਦੇ ਚ ਸਾਰੇ ਮੁਲਾਜ਼ਮਾਂ ਦੀ। ਜੰਮੂ ਕਸ਼ਮੀਰ ਸਰਕਾਰ ਜਿਹੜੀ ਹੈ ਗਰੰਟੀ ਬੱਧ ਹੈ ਜੰਮੂ ਕਸ਼ਮੀਰ ਬੈਂਕ ਚ, ਉਹ ਜੰਮੂ ਕਸ਼ਮੀਰ ਸਰਕਾਰ ਦਾ ਸਾਰਾ ਪੈਸਾ ਜੇਕਾ ਇਸ ਬੈਂਕ ਚ ਹੈ। ਕਿਆ ਜੇਕੇ ਜੰਮੂ ਕਸ਼ਮੀਰ ਦੀ ਆਵਾਮ ਹੈ, ਮੇਰੇ ਡੁੱਗਰ ਪ੍ਰਦੇਸ਼ ਦੇ ਲੋਕ ਹਨ, ਕਿਆ ਉਹਨੇ ਜਾਣਨੇ ਦਾ ਹੱਕ ਨਹੀਂ ਹੈ ਕਿ ਕਿਆ 34 crore ਰੁਪਿਆ ਜਮ੍ਹਾਂ ਹੋਇਆ ਜਾਂ ਨਹੀਂ ਹੋਇਆ, ਔਰ ਸੂਦ ਕਰਨੇ ਕਿੰਨੇ ਪੈਸੇ ਬਣੇ ਦੇ ਅਕਾਊਂਟ ਤੇ NPO ਹੋਈ ਇਹਦਾ, ਕਿਆ ਲੋਕਾਂ ਨੂੰ ਜਾਣਨੇ ਦਾ ਕੋਈ ਹੱਕ ਨਹੀਂ ਹੈ। ਔਰ ਦੂਸਰੀ ਗੱਲ ਬਾਈ, ਅਸੀਂ ਦੱਸੋ ਤੇ ਸਹੀ ਕਿ ਬਾਈ ਇਹ ਜੇਕੇ ਲੋਨੀ ਹੈ, ਔਰ ਤੁਸੀਂ ਮੈਂ ਦੱਸੀ ਦਿਆਂ ਤੁਸੀਂ ਸਾਰੇ ਹੀ ਪਤਾ ਕਿ ਲੋਨੀ ਕੌਣ ਹਨ, ਤੇ ਜਿਲੇ ਮੈਂ ਨਾਲ ਲੈਣਾ ਮੇਰੇ ਕੰਨੇ ਨਾਰਾਜ਼ ਹੁੰਦੇ ਬਾਈ ਯਾਰ, ਪਤਾ ਨਹੀਂ ਮੇਰੇ ਨਾਲ ਲੈਣੇ ਚਾਹੀਦੇ ਜਾਂ ਨਹੀਂ, ਤੁਸੀਂ ਸਾਰੇ ਹੀ ਪਤਾ ਵੀ ਲੱਗਦਾ ਨਹੀਂ ਲੈਣੇ ਚਾਹੀਦੇ, ਵੈਸੇ ਨਾਰਾਜ਼ ਨੇ ਮੇਰੇ ਕੋਲ, ਔਰ ਵੈਸੇ ਵੀ ਟਿਕਟਾਂ ਵੀ ਕਟੋਈ ਨਹੀਂ ਹੁੰਦੀ। ਤੇ ਦੂਜੀ ਗੱਲ ਮੈਂ ਜਿਹੜੀ ਆਖਣਾ ਚਾਹੁੰਦਾ ਆਵਾਮ ਦੀ, ਲੋਕਾਂ ਅਸੀਂ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਬਾਈ, ਜਿਹੜੀ ਰਿਆਇਤ ਤੁਸੀਂ ਇਹਨਾਂ ਲੋਕਾਂ ਨੇ ਦਿੱਤੀ ਹੈ ਉਹ ਬਾਈ ਮੀਂਹ ਵੀ ਦਿਓ, ਮੇਰੇ ਕਿਸਾਨ ਕੇ ਵੀ ਦਿਓ, ਮੇਰੇ ਸਟੂਡੈਂਟ ਭਰਾ ਚ ਵੀ ਦਿਓ, ਜਿਹੜੇ ਐਂਟਰਪ੍ਰੀਨਿਓਰ
ਜਿਹੜੇ ਅਨਇੰਪਲਾਇਡ ਬਿਜ਼ਨਸਮੈਨ ਉਹਨੇ ਵੀ ਦਿਓ, ਲੇਕਿਨ ਗਰੀਬ ਆਦਮੀ ਦਾ ਤਾਂ ਤੁਸੀਂ 20,000 ਰੁਪਏ ਨਹੀਂ ਮੈਂ ਅੱਜ ਤੱਕ ਮਾਫ ਕੀਤਾ। ਲੇਕਿਨ ਜੰਮੂ ਕਸ਼ਮੀਰ ਬੈਂਕ ਦੀ ਇਹ ਗੱਲ ਕਲੀਅਰ ਕਰਨੀ ਪੈਣੀ ਹੈ ਕਿ ਕਿੰਨੇ ਉੱਪਰ ਇਹ ਸੈਟਲਮੈਂਟ ਹੋਈ ਹੈ, ਤਾਂ ਕਿ ਬਾਕੀ ਲੋਕ ਵੀ ਤਾਂ ਗੱਲ ਕਰਨ, ਉਹ ਵੀ ਆਖਣ ਵਾਲਾ ਵੀ ਸਾਡੀ ਵੀ ਇਸੇ ਅਨਾਲੋਜੀ ਉੱਪਰ ਸਾਡੀ ਸੈਟਲਮੈਂਟ ਹੋਣੀ ਚਾਹੀਦੀ ਹੈ। ਔਰ ਇਹ ਗੱਲ ਹੋ, ਤੁਸੀਂ ਪਤਾ ਲੋਨ ਕਦੇ ਮਾਫ ਹੁੰਦੇ? ਕਰੋੜਾਂ ਰੁਪਏ ਦੇ ਲੋਨ ਕਦੇ ਮਾਫ ਹੁੰਦੇ? ਨਾ ਨਹੀਂ ਲੈਣੇ ਹੁੰਦੇ। ਜਿਹਦੇ ਜਾਗਤ ਦਾ ਵਿਆਹ ਹੋਇਆ ਹੁਣ ਥੋੜੀ ਦੇਰ ਪਹਿਲੇ, ਜਿੱਥੇ ਸਾਰੇ ਫਿਲਮ ਸਟਾਰ ਗਏ, ਵੱਡੇ ਵੱਡੇ ਪੋਲੀਟੀਸ਼ੀਅਨ ਗਏ, ਲੋਨ ਉਹਦੇ ਮਾਫ ਹੁੰਦੇ? ਗਰੀਬ ਆਦਮੀ ਦਾ ਲੋਨ ਨਹੀਂ ਮਾਫ ਹੁੰਦਾ, ਕਿਸਾਨ ਦਾ ਲੋਨ ਮਾਫ ਨਹੀਂ ਹੁੰਦਾ। ਲੇਕਿਨ ਮੈਂ ਇਹ ਮੇਰਾ ਬਹੁਤ ਵੱਡਾ ਸਵਾਲ ਹੈ ਇੱਕ ਜੰਮੂ ਕਸ਼ਮੀਰ ਬੈਂਕ ਦੇ ਜਿਹੜੇ MD ਸਾਹਿਬ ਨੇ, ਬਲਦੇਵ ਸ਼ਰਮਾ ਜੀ, ਇਹ ਲੋਕਾਂ ਦਾ ਬੈਂਕ ਹੈ, ਤੁਸੀਂ ਜਿੰਨਾ ਮਰਜ਼ੀ ਛੁਪਾਓ ਇਨਫੋਰਮੇਸ਼ਨ ਕੀ, ਇਹ ਅੱਜ ਸਾਡੀ ਮਿਹਨਤ, ਮੇਰੇ ਡੁੱਗਰ ਪ੍ਰਦੇਸ਼ ਦੀ ਮਿਹਨਤ ਸਾਹਮਣੇ ਆਈ ਹੈ। ਅਸੀਂ ਇਹ ਤੇ ਅੱਜ ਪਤਾ ਚੱਲਿਆ 3-4 ਸਾਲ ਦੀ ਮਿਹਨਤ ਦੇ ਬਾਅਦ ਕਿ ਬਾਈ ਮੈਂ ਝੂਠ ਤੇ ਨਹੀਂ ਹਾਂ ਬੋਲਦਾ ਆਪਣੇ ਡੁੱਗਰ ਪ੍ਰਦੇਸ਼ ਕੰਨੇ ਕਿ ਬਈਆ ਕੋਈ 34 ਕਰੋੜ ਹੈ, ਕੋਈ 34 ਰੁਪਏ ਨਹੀਂ। ਔਰ ਅੱਜ ਇਹ ਤੇ ਪਤਾ ਚੱਲਿਆ ਕਿ ਬਾਈ ਅਕਾਊਂਟ ਕਲੋਜ਼ ਹੋਇਆ 30 ਮਾਰਚ 2024 ਕੀ, ਔਰ ਉਸੇ ਦਿਨ ਜੁਗਲ ਹੋਰੇ ਫਾਰਮ ਵੀ ਭਰਿਆ ਕਿ ਜਨਾਬ ਸਾਡੀ ਲਾਇਬਿਲਟੀ ਨਿਲ ਹੈ। ਤੋ ਮੇਰੀ ਗੁਜ਼ਾਰਿਸ਼ ਹੈ ਆਪਣੇ ਡੁੱਗਰ ਪ੍ਰਦੇਸ਼ ਦੀ ਕਿ ਮੈਂ ਤੁਹਾਡਾ ਅੱਜ ਬਹੁਤ ਟਾਈਮ ਲਿਆ, ਵੀਡੀਓ ਵੀ ਲੰਬੀ ਹੋਈ, ਲੇਕਿਨ ਇਹ ਸਾਰੇ ਤੱਥ ਇਸ ਆਸੇ ਸ਼ੇਅਰ ਕਰਨੇ ਜ਼ਰੂਰੀ ਹੈ ਕਿਉਂਕਿ ਬੜੇ ਦਿਨਾਂ ਦੇ ਮੀ ਬੜੇ ਸਵਾਲ ਆ ਰਹੇ ਕਿ ਬਾਈ ਇਹ ਵਕੀਲ ਸਾਹਿਬ ਤੁਸੀਂ ਚੁੱਪ ਹੋਈਏ, ਇੱਕ ਸਾਡੇ ਪ੍ਰੋਬਲਮ ਇਹ ਹੈ ਸਾਡੇ ਜੰਮੂ ਚ ਲੈਗ ਪੁਲਿੰਗ ਬੜੀ ਹੈ, ਸਬਰ ਨਹੀਂ ਹੈ ਸਾਡੇ ਅੰਦਰ, ਆਖਦੇ ਪਤਾ ਨਹੀਂ ਕਿਸੇ ਹੋਈਏ ਹਿਸਾਬ ਤਾਂ ਵਕੀਲ ਕਰੀਏ ਹਿਸਾਬ ਤਾਂ। ਤੋ ਮੈਂ ਤੁਸੀਂ ਗੁਜ਼ਾਰਿਸ਼ ਕਰਨਾ ਪਬਲਿਕ ਡੋਮੇਨ ਚ ਜੇਕੇ ਇਸ਼ੂ ਨਾ ਉਹਦੇ ਹਿਸਾਬ ਕਿਤਾਬ ਨਹੀਂ ਹੁੰਦਾ, ਲੋਕਾਂ ਚ ਜਵਾਬਦੇਹੀ ਹੁੰਦੀ ਬੰਦੇ ਦੀ। ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ, ਜਿੰਨੀ ਤੁਸੀਂ ਮੈਨੂੰ ਸ਼ਫਕਤ ਦਿੱਤੀ ਹੈ, ਮੇਰੇ ਕੋਲ ਅਲਫਾਜ਼ ਨਹੀਂ ਹੈ। ਔਰ ਮੈਂ ਤੁਸੀਂ ਗੱਲ ਦੱਸਾਂ, ਮੈਂ ਸਾਰੇ ਰਿਕੁਐਸਟ ਕਰਨਾ, ਇਸ ਲਈ ਲਿੰਕ ਰੋਡ ਬ੍ਰਾਂਚ ਪੈਸਾ ਆਈ ਹੈ, ਹੁਣ ਜਿਸੀ ਜਿਸੀ ਲੋਨ ਲੈਣਾ ਉਹ ਮੇਰੇ ਕੰਨੇ ਕੱਲ ਬੰਡਲੇ ਚਲੋ। ਉਹ ਮਾੜੇ ਇਹ ਤੇ ਪੋਲੇ ਸਾਹਿਬ ਨੇ ਲਿਖੀ ਦੇ ਦਿੱਤਾ ਕਿ ਮਾੜੇ ਪੈਸੇ ਜਮ੍ਹਾਂ ਹੋਈਏ 30 ਮਾਰਚ ਸੋਰੀ 3 ਮਾਰਚ 2024 ਕੀ ਪੋਲੇ ਸਾਹਿਬ ਨੇ ਅੱਜ ਕਨਫਰਮ ਕਰ ਦਿੱਤਾ, ਮੈਂ ਲਿਖੀ ਚਿੱਠੀ ਭੇਜੀ ਹੈ ਪੋਲੇ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਚਿਨ ਜੀ, DC ਸਾਹਿਬ, ਮੇਰੀ ਅਗਰ ਕੋਈ ਗੱਲਾਂ ਤੁਸੀਂ ਤਲਖ ਲੱਗੀ ਹੋਣ, ਮੈਂ ਸ਼ਾਇਦ ਕੋਸ਼ਿਸ਼ ਕਰਨਾ ਕਿ ਮੈਂ ਕੋਈ ਇੱਕ ਪਾਰਲੀਮੈਂਟਰੀ ਲਾਈਨ ਕ੍ਰਾਸ ਨਹੀਂ ਕੀਤੀ ਜਾ, ਅਗਰ ਮੇਰੇ ਕੋਈ ਅਲਫਾਜ਼ ਤੁਸੀਂ ਠੀਕ ਨਹੀਂ ਲੱਗੇ ਹੋਣ ਤੋ ਕੋਈ। ਔਰ ਦੂਸਰੀ ਗੱਲ, ਮੈਂ ਤੁਸੀਂ ਆਪਣੇ ਡੁੱਗਰ ਪ੍ਰਦੇਸ਼ ਕੀ ਜਾਣੇ ਕਲਾ ਪਹਿਲੇ ਗੱਲ ਆਖਾਂ, ਇਲੈਕਸ਼ਨ ਹੈ, ਇਲੈਕਸ਼ਨ ਦਾ ਬਿਗਲ ਬੱਜੇ ਦਾ ਇਸ ਵੇਲੇ, ਮੈਂ ਬਾਰ ਬਾਰ ਇਹ ਗੱਲ ਆਖਣਾ ਆਪਣੇ ਡੁੱਗਰ ਪ੍ਰਦੇਸ਼ ਕੀ, ਸਵਾਲ ਪੁੱਛੋ ਇਸ ਵੇਲੇ 5,000-7,000 ਰੁਪਇਆ ਬਿਜਲੀ ਦਾ ਬਿੱਲ ਆਵਾ ਰਿਹਾ, 370 ਸ਼ਰਾਬ ਦੀਆਂ ਦੁਕਾਨਾਂ ਮੇਰੇ ਜੰਮੂ ਸ਼ਹਿਰ ਚ, ਜਿਹੜੇ ਵੋਟ ਮੰਗਣ ਆਵਾ ਨਾ ਉਹਨੇ ਪੁੱਛੋ ਕਿ ਜਿਸ ਵੇਲੇ ਸਾਡੀ ਭੈਣੇ ਉੱਪਰ ਮਾਏ ਉੱਪਰ ਲਾਠੀ ਚਾਰਜ ਹੋਇਆ, ਸਾਡੇ ਸਟੂਡੈਂਟਸ ਉੱਪਰ ਲਾਠੀ ਚਾਰਜ ਹੋਇਆ, ਜੋ ਯੁਵਾ ਰਾਜਪੂਤ ਸਭਾ ਦੀ ਇਹਨੇ ਹਾਲਤ ਕੀਤੀ ਹੈ, ਜਿਹਾਂ ਯੁਵਾ ਰਾਜਪੂਤ ਸਭਾ ਕੀ ਇਹਨੇ ਮਸਲੇ ਦੀ ਕੋਸ਼ਿਸ਼ ਕੀਤੀ ਹੈ ਵੋਟ ਪਾਉਣ ਗਲਾ ਪਹਿਲੇ,
ਇਹਨਾਂ ਗੱਲਾਂ ਬਾਰੇ ਮੇਰਾ ਡੁੱਗਰ ਪ੍ਰਦੇਸ਼ ਜ਼ਰੂਰ ਸੋਚੇ। ਜੈ ਹਿੰਦ।